ਭਰਪੂਰ ਠੰਡ ਦੀ ਵਜ੍ਹਾ ਨਾਲ ਸਵਾਤ ਦਾ ਪੂਰਾ ਸ਼ਹਿਰ ਇਸ ਟਾਈਮ ਬਰਫ਼ ਦਾ ਬਾਂਦਰ ਬਣਿਆ ਹੋਇਆ ਹੈ। ਸਵਾਤ ਦੇ ਵਿੱਚ ਇੰਨੀ ਕੁ ਬਰਫ਼ ਪੈ ਰਹੀ ਹੈ ਕਿ ਪੂਰੇ ਪਾਕਿਸਤਾਨ ਦੇ ਬੱਚਿਆਂ ਨੂੰ ਬਰਫ਼ ਦੇ ਗੋਲੇ ਬਣਾ ਕੇ ਦਈਏ ਤੇ ਮੁੱਕਣ ਨਹੀਂ ਲੱਗੀ। ਔਰ ਲੋਕ ਬੜੀ ਬੜੀ ਨੇੜਿਓਂ ਇਸ ਮੰਦਰ ਦਾ ਨਜ਼ਾਰਾ ਕਰਨ ਆ ਰਹੇ ਨੇ। ਜਿਹੜੇ ਰਿਸ਼ਤੇਦਾਰ ਇੱਕ ਦੂਸਰੇ ਨੂੰ ਵੇਖ ਕੇ ਨਹੀਂ ਸੀ ਰਾਜ਼ੀ, ਉਹ ਵੀ ਸੈਰ ਕਰਨ ਦੇ ਬਹਾਨੇ ਇਕੱਠੇ ਹੋਏ ਹੋਏ ਨੇ। ਔਰ ਇਹ ਸਵਾਦ ਦੀ ਠੰਡ ਜਿਹੜਾ ਫੈਮਿਲੀ ਦਾ ਖਰਚਾ ਕਰ ਰਿਹਾ ਉਹਨੂੰ ਲੱਗਦੀ ਹੈ, ਬਾਕੀ ਸਾਰੇ ਮਜ਼ਾ ਲੈਂਦੇ ਨੇ। ਮੈਂ 2.5 ਸਾਲ ਪਹਿਲੇ ਲੰਡੇ ਦਾ ਕੋਟ ਲਿਆ ਸੀ, ਕਿਤੇ ਪਾਉਣ ਦਾ ਮੌਕਾ ਨਹੀਂ ਮਿਲਿਆ, ਅੱਜ ਵੀ ਲਿਆ। ਮੈਂ ਇੱਥੇ ਆ ਕੇ ਬਰਫ਼ ਖਾਧੀ, ਉਹ ਵੀ ਬਰਫ਼ ਫਿੱਕੀ ਨਿਕਲੀ। ਮੈਂ ਆਪਣੀ ਬੀਵੀ ਨੂੰ ਹਫ਼ਤਾ ਹੋ ਗਿਆ ਇੱਥੇ ਲੈ ਕੇ ਆਇਆ, ਇੱਥੇ ਵੀ ਕਹੀ ਜਾਂਦੀ ਆ ਤੇਰੀ ਅੰਮੀ ਚੰਗੀ ਨਹੀਂ। ਇਹੋ ਜਿਹੇ ਮੌਸਮ 'ਚ ਬੰਦੇ ਦਾ ਦਿਲ ਕਰਦਾ ਕਿ ਇੱਕ ਰਜ਼ਾਈ ਹੋਵੇ ਤੇ ਇੱਕ ਲੱਤਾਂ ਘੁੱਟਣ ਵਾਲੀ ਮਾਈ ਹੋਵੇ। ਸਵਾਦ 'ਚ ਆਉਣ ਵਾਲੇ ਟੂਰਿਸਟ ਇੱਕ ਦੂਸਰੇ ਦੇ ਉੱਤੇ ਲਾਣਤ ਸਮਝ ਕੇ ਬਰਫ਼ਾਂ ਪਾਉਂਦੇ ਨੇ ਔਰ ਫੁੱਲ ਇੰਜੋਏ ਕਰਦੇ ਨੇ। ਸ਼ਾਮ ਦਾ ਡੁੱਬਦਾ ਸੂਰਜ ਇੱਕ ਭੁੱਖੇ ਆਦਮੀ ਨੂੰ ਅੰਡ ਦੀਜ਼ਰ ਦੀ ਤਰ੍ਹਾਂ ਲੱਗਦਾ ਹੈ। ਮਾਝਾ ਤਿੱਤਰ, ਜਿਓ ਤੇਜ਼ ਸਵਾਦ। ਤੇਜ਼ਾਬੀ ਟੋਟੇ।